लेफ्टिनेंट गवर्नर मनोज सिन्हा होरें बच्चे उन्ने माता पिता ते अध्यापकें मुबारकबाद दी है संसद दी एक स्थाई कमेटी त्रं दे लद्दाख तौर पर ले पु केंद्रीय मंत्री डॉ जितेंद्र सिंह जे सियासी पार्टियों अपने मफाद ले चुनावी हल्के की नमें सिरिया हदबंदी की प्रक्रिया गी अगड़ा पाई रखा समूचा राष्ट्र भारत दे महान आध्यात्मिक दार्शनिक ते बुद्धिजीवियों चा एक ਸਵਾਮੀ ਵਿਵੇਕਾਨੰਦ ਔਰਿੰਗੀ ਉਨਦੀ ਬਰਸੀ ਦੇ ਮੌਕੇ ਪਰ ਚੇਤਾ ਕਰਦਾ ਹੈ। ਰਾਸ਼tre ਨੇ ਠਾਰੀ ਬਰੀ ਸ਼ਾਮਤੀ ਬਰੇਸੂ ਦੇ ਢੋਕੇਗੀ ਤੇ 21 ਜੂਨ 2121 ਤਮਾ ਸਰਕਾਰੀ ਕੇਂਦਰ ਚ ਮੁਫਤ ਕੋਵਿਡ 19 ਟਿਕਾ ਕਰਨ ਅਭਿਆਨ ਤੇਜ਼ੀ ਲਈ ਜਾਂਦੀ ਹੈ। ਅਸ ਯੁਵਾ ਸ੍ਰੋਤਿਆਂ ਕੀ ਸਲਾਹ ਦਿੰਨੇ ਆ ਜਿਉ ਟੀਕਾ ਲਵਾਈ ਲੈਣ ਸਾੜੇ ਸ੍ਰੋਤਿਆਂ ਕੀ ਇਬੀ ਸਲਾਹ ਦਿੱਤੀ ਜਾਂਦੀ ਹੈ ਜੇ ਉਹ ਸੁਰੱਖਿਆ ਉਪਾਅ ਵਿੱਚ ਕਮੀ ਨਹੀਂ ਕਰਨ ਕਿ ਜੇ ਕੋਵਿਡ-19 ਦਾ ਸਾੜੀ ਜਿੰਦੂ ਪਰ ਖਤਰਾ ਅਜੇ ਵੀ ਬਣੇਦਾ ਹੈ ਮਿਹਰਬਾਨੀ ਕਰਿਏ ਜੇ ਕਰਬਾਰ ਜਾਣਾ ਅਤ ਜ਼ਰੂਰੀ ਨਹੀਂ ਹੋਵੇ ਤਾਂ ਘਰ ਗੇ ਰਹੋ ਤੇ ਚਾਰ ਸਖੱਲੇ ਉਪਾਅ ਜਾਰੀ ਰੱਖੋ ਮੂੰਹੇ ਪਰ ਮਾਸਕ ਪਾਓ ਸਮਾਜੀ ਛਿੰਡੇ ਕੀ ਤੇ 2 ਗਜ਼ ਦੀ ਦੂਰੀ ਰੱਖੋ ਹੱਥ ਤੇ ਮੂੰਹੇ ਕੀ ਸਾਫ ਸੁਥਰਾ ਰੱਖਨੇ ਪਰ ਮੁੱਖ ਧਿਆਨ ਦਿਓ ਤੇ ਕੋਵਿਡ ਥਮਾ ਬਚਾ ਲੈ ਟੀਕਾ ਲਵਾਈ ਲਓ ਕੋਵਿਡ ਮੁਤਲਕ ਕੋਈ ਸੇ ਜਾਣਕਾਰੀ ਤੇ ਮਾਰਗਦਰਸ਼ਨ ਗਿੱਤੇ ਤੁਸ ਰਾਸ਼ਟਰੀ ਐਲਪਲਾਈਨ ਨੰਬਰੇ ਪਰ ਸੰਪਰਕ ਕਰ ਸਕਦੇ ਹੋ ਨੰਬਰ ਨ 011 23978046 ਤੇ 1075 ਤੇ ਉਹਨਾਂ ਖਬਰੇ ਦੀ ਤਫਸੀਲ ਕਰਨ ਹੈ ਜਗਮੋਨ ਸ਼ਰਮਾ ਜਮ ਮੁਕਸ਼ਮੀਰ ਸਕੂਲੀ ਸਿੱਖਿਆ ਬੋਰਡ ਨੇ ਅੱਜ ਸੋਇਾਲੇ ਜ਼ੋਨ ਦੇ 12ਵੀਂ ਜਮਾਤ ਦੇ ਮਤਿਆਨੇ ਦੇ ਨਤੀਜੇ ਦੀ ਕੋਸ਼ਿਸ਼ ਨ ਕਰ ਦਿੱਤੀ ਹੈ। ਇਹਦੇ ਕਨ ਕੰਨੀ ਬੋਰਡ ਨੇ ਇਸਪਰੇ ਯਾਨੀ 2021 ਦੇ 11ਵੀਂ ਜਮਾਤ ਦੇ ਨਤੀਜੇ ਦਾ ਵੀ ਐਲਾਨ ਕਰ ਦਿੱਤਾ ਹੈ। ਜਿਹਨੇ ਬੱਚੇ 12ਵੀਂ ਦੇ ਪੇਪਰ ਦਿੱਤੇ ਤੇ ਇਹ ਉਹ ਬੋਰਡ ਦੀ ਵੈਬਸਾਈਟ jkboes.nic.in ਉਪਰ ਆਪਣਾ ਰਿਜ਼ਲਟ ਦੇਖ ਸਕਦੇ ਨੇ। ਇੱਕ ਤੀ ਕਰੋਨਾ ਦੇ ਚੱਲਦੇ 12ਵੀਂ ਦਾ ਰਿਜ਼ਲਟ ਇੰਟਰਨਲ ਅਸੈਸਮੈਂਟ ਤੱਕਨੇ ਪਹਿਲੇ ਲੈਤੇ ਗਏ ਦੇ ਆਫਲਾਈਨ ਮਤਿਆਨੇ ਦੀ ਕਾਰਕਰਦ ਕੀਤੀ ਬਿਨਾ ਉਪਰ ਤਿਆਰ ਕੀਤਾ ਗਿਆ ਹੈ। ਉਹ ਕਰੋਨਾ ਦੀ ਦੂਈ ਲਹਿਰ ਸ਼ੁਰੂ ਹੋਣੇ ਕੋਲ ਪਹਿਲੇ ਕਿਸ ਵਿਸ਼ੇ ਦੇ ਮਤਿਹਾਨ ਲਈ ਵੀ ਲਾਤੇ ਕੀਤੇ ਰਹੇ ਮਤਿਹਾਨ 45606 ਵਿਦਿਆਰਥੀ ਦਿੱਤਾ ਜਿੰਦੇ ਚ 35840 ਵਿਦਿਆਰਥੀ ਜਿਹੜੇ ਜੁਲ ਕੁੱਲ ਗਿਣਤਰੀ ਦਾ 91% ਕਾਮਯਾਬ ਕੋਸ਼ਿਸ਼ ਕੀਤੇ ਗਿਨ ਕੁੜੀਆਂ ਦੀ ਵੀ ਜਾਗਤ ਨੂੰ ਬਿਹਤਰ ਕਰਦ ਦੀ ਦਸੀ ਕੀ ਜੇ ਇਸ ਮਤਿਹਾਨ ਚ 83% ਕੁੜੀਆਂ पास हुई न जल कि जागतें पास होने प्रतिशत छिहत्तर है साइंस विषय च पहली पुजिशन शिशु निकेतन स्कूल सांबा के आरवीर सिंह से एसपी हायर सेकेंडरी स्कूल बड़ी ब्राह्मणा ने लीजा शर्मा ने नड़िनवे अशारिया दो प्रतिशत नंबर ले हासिल की कॉमर्स च शिक्षा निकेतन स्कूल जीवन नगर के सौरभ चौधरी ने भी नड़िनवे अशारिया दो प्रतिशत नंबरें ने पहली थर हासिल कीती जिसले कि आर्टस च शिक्षा निकेतन की मीनाक्षी गुप्ता ने नड़िनवे आशारिया दो प्रतिशत नंबर ले हासिल की थी। ओम साइंस पहली पजिशन सरकारी हायर सेकेंड्री स्कूल मुबारक मंडी की सृष्टि शर्मा ने छियानवे षारियर छह प्रतिशत नंबरें हासिल की लफ्टिनेंट गवर्नर मनोज सिन्हा होरें बारहवीं चा पास होए बबारकबाद के शुभकामना द्चें माता पिता के अध्यापकें भी सराहना की डॉक्टर विनय सहस्त्रबुद्धि हुरी अगुवाई च शिक्षा महिला बाल के युवा मामले संबंधी त्री मंबरी संसदीय स्थाई कमेटी अपने त्रौ दिन दौरे पर लेह पुजी गई जम्मू कश्मीर राज्य के पुनर्गठन मगरा नम बने केंद्र शासित प्रदेश लद्दाख शिक्षा इदारे तगड़ा करने स्कूलें सीबीएसई करने संबंध करने ते स्कूलें की संगत बनाने ले, शिक्षक ते विद्यार्थियों के अन्पात च बेहतरी ते शिक्षा दे ढांचेगत विकास की बेहतर करने पर ध्यान दे लद्दाख के नौ सौ सत्त सरकारी स्कूलों च बजार विद्यार ਨਾਤੀ ਪਰਦੇਨ ਤੇ 112 ਨਿਜੀ ਸਕੂਲਾਂ ਚ 29000 ਸ਼ਾਭੀ ਮਤੇ ਛਾਤ੍ਰ ਪਰਦੇਨ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਪ੍ਰਸ਼ਾਸਨ ਹਰ ਬੱਚੇ ਕੀ ਸਿੱਖਿਸ਼ਿਤ ਕਰਨੇ ਅਸਥਿਤ 35 ਲੱਖ 59000 ਰੁਪਏ ਖਰਚ ਕਰਾ ਕਰਦਾ ਏ ਕਮੇਟੀ ਲੈ ਦੇ ਬਾਕ-ਬਾਕ ਸਰਕਾਰੀ ਤੇ ਨਿਜੀ ਸਕੂਲਾਂ ਦਾ ਦੌਰਾ ਕਰੀਏ ਸੰਖ ਸ਼ਾਸਿਤ ਲੈ ਦੇ ਅਫਸਰ ਕਰਨੇ ਮੀਟਿੰਗਾਂ ਲਾਗ ਕੇਂਦਰੀ ਮੰਤਰੀ ਡਾਕਟਰ ਜੀਤਿੰਦਰ ਸਿੰਘ ਗੋਰੀਆ ਖਿਆ ਜੇ ਕਿਸ਼ ਸਿਆਸੀ ਪਾਰਟੀਆਂ ਆਪਣੇ ਮਫਾਦ ਲਈ ਚੋਣਾਂ ਵਿਅਲਕਿੰਦੀ ਨਮੇ ਸਰੀਆ ਅਦਬੰਦੀ ਦੀ ਪ੍ਰਕਿਰਿਆ ਗਈ ਅਗੜੇ ਪਾਈ ਰੱਖਿਆ ਕਈ ਪਾਸੇ ਦਾ ਲਾਇਜਾਰ ਦੇ ਆਰੋਪੇ ਜੇ ਪਾਰਟੀ ਜਨਤਾ ਪਾਰਟੀ ਹੱਦਬੰਦੀ ਆਯੋਗ ਉਪਰ ਸੀਟਾਂ ਬਦਾਣੇ ਲਈ ਕਿਸ ਚਾਲੀ ਦਬਾਅ ਨਾ ਕਰਦੀ ਹੈ ਤਾਂ ਜੇ ਭਾਰਤੀ ਜਨਤਾ ਪਾਰਟੀ ਕੀ ਚੁਣਾਈ ਚ ਫਾਇਦਾ ਪੁੱਜੀ ਸਕੇ ਇਹਦਾ ਖੰਡਨ ਕਰਦਿਓਈ ਕੇਂਦਰੀ ਮੰਤਰੀਓ ਨੇ ਅੱਜ ਆਖਿਆ ਜੇ ਹੱਦਬੰਦੀ ਆਯੋਗ ਇੱਕ ਸੁਤੰਤਰ ਕਮਿਸ਼ਨ ਹੈ ਜਿਹੜਾ ਆਪਣੇ ਕੰਮ ਕਾਜੇ ਚ ਕਿਸ਼ ਮਾਪਦੰਡ ਤੇ ਮਾਪਦੰਡ ਸਾਪੇ ਚਲਦਾ ਹੈ ਇੱਕ ਰਾਸ਼ਟਰੀ ਅਖਬਾਰ ਖਬਰ ਏਜੰਸੀ ਕੀ ਹਤਬੰਦੀ ਆਯੋਗ ਦੇ ਮੈਂਬਰਾਂ ਤੇ ਜੰਮੂ ਕਸ਼ਮੀਰ ਦੌਰੇ ਦੌਰਾਨ ਇੱਕ ਵਿਸ਼ੇਸ਼ ਸਾਖਸ਼ਾਤਕਾਰ ਡਾਕਟਰ ਜਤਿੰਦਰ ਸਿੰਘ ਹੋਰੇ ਇਸ ਚਾਲੀ ਦੀਆਂ ਗਲਤ ਅਫਵਾਹੀਆਂ ਫੈਲਾਉਣ ਲਈ ਕਾਂਗਰਸ ਤੇ ਹੋਰ ਦੋ ਵਿਪਕਸ਼ੀ ਦੀ ਨੁਕਤਾਚੀਨੀ ਕੀਤੀ। ਉਹਨੇ ਆਖਿਆ ਜੇ ਦਰਅਸਲ ਉਹਨਦੀ ਆਪਣੀ ਮਾਨਸਿਕਤਾ ਦੀ ਉਪਜਾ ਜਿਹਦੇ ਨੇ ਉਹਨੇ ਮੁਲਖਾ ਪਰ ਛੇ ਦਾਕੇ ਉਖਮਰਾਨੀ ਕੀਤੀ ਤੇ ਇਸ ਦੌਰਾਨ ਉਹਨੇ ਚੋਣ ਆਯੋਗ ਤੇ ਸੀਬੀਆਈਜ਼ ਨੇ ਸੰਵਿਧਾਨਿਕ ਈਦਾਰੇ ਦੀ ਕਾਰਗਰਦਗੀ 'ਚ ਵੀ ਮਦਖਲਤ ਕੀਤੀ ਜਿਸਲੇ ਉਨੇ ਕੀ ਪੁੱਛਿਆ ਗਿਆ ਜੇ ਜਮੂ ਕਸ਼ਮੀਰ ਜੀ ਅਸੈਂਬਲੀ ਚੁਨਾਵ ਕਦੋਂ ਹੋਣਗੇ ਤਾਂ ਉਹਨੇ ਪੜਤਾ ਦਿੱਤਾ ਜੇ ਇਹ ਫੈਸਲਾ ਚੁਨਾਵ ਆਯੋਗ ਨੇ ਕਰਨਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਵਰ ਨੇ ਅੱਜ ਆਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਸ਼ਮੀਰ ਦੇ ਇੱਕ ਸਿਸ਼ਟ ਮੰਡਲ ਕੰਨੇ ਮਿਲਾਂਟ ਕੀਤੀ। ਨਵੀਂ ਦਿੱਲੀ ਚ ਲੱਗੀ ਦੀ ਇਸ ਮਿਲਾਂਟ ਚ ਸਿਸ਼ਟ ਮੰਡਲ ਐ ਜਮੂ ਕਸ਼ਮੀਰ ਚ ਸਿੱਖ ਸਮੁਦਾਇ ਦੀਆਂ ਦਿੱਕਤਾਂ, ਪਰੇਸ਼ਾਨੀਆਂ ਤੇ ਮੁੱਦੇ ਦੇ ਕੰਨੋ ਕੰਨੀ ਕਿ ਸ਼ਾਲੀਆ ਕਟਨਾਏ ਦੇ ਬਾਰੇ ਚ ਵੀ ਗੱਲਬਾਤ ਕੀਤੀ। ਗ੍ਰਹਿ ਮੰਤਰੀਓ ਨੇ ਉਹਦੀਆਂ ਗੱਲ ਲੰਗੀ thro ਇਹ ਸੁਣਿਆ ਤੇ ਯਕੀਨ ਦਵਾਇਆ ਜੀ ਹੁੰਦੀਆਂ ਸਭ ਨੇ ਜਾਇਜ਼ ਮੰਗੇ ਤੇ ਮੁੱਦੇ ਪਰ ਪਹਿਲ ਦੇ ਬਿਨਾ ਉਪਰ ਗੌਰ ਕੀਤਾ ਜਾਗ। ਜੰਮੂ ਦੇ 에어ਫੋਰਸ ਸਟੇਸ਼ਨ ਉਪਰ ਡਾਊਨ ਡਰੋਨਸ ਦੀ ਮਦਦ ਕਰਨੇ ਬੰਬ ਸੁੱਟਣੇ ਦੀ ਘਟਨਾ ਦੇ ਕੋਈ ਇੱਕ ਹਫਤੇ ਦੇ ਬਾਅਦ ਜੰਮੂ ਪੁਲਸਾ ਸ਼ਹਿਰ ਦੇ ਬਾਰਲੇ ਇਲਾਕੇ ਬੇਲੀ ਚਰਾਣਾ 'ਚ ਕਿਸ਼ ਸੰਦੇਗਦ ਨਕਲੋਰ ਕੱਦਬਾਰੇ ਟਕੋਦੀ ਸੂਥੋਨੇ ਪ੍ਰੰਤ ਇਲਾਕੇ ਕੀ ਕੇਰੀ ਟੁਪਾਈ ਵਾਲੀ ਕਾਰਵਾਈ ਸ਼ੁਰੂ ਕੀਤੀ ਹੈ ਪੁਲਸਾ ਕੀ ਦੋ ਸੰਦੇਗਦ ਦੀਆਂ ਫੋਟੋਆਂ ਵੀ ਥੋਈਆਂ ਨੇ ਜਿੰਦੀ ਬਿਨਾ ਪਰ ਟੁਪਾਈ ਵਾਲੀ ਇੱਕ ਸਾਂਝੀ ਕਾਰਵਾਈ ਸ਼ੁਰੂ ਕੀਤੀ ਗਈ ਦੀ ਹੈ ਬੇਲੀ ਚਰਾਣਾ ਦਾ ਇਲਾਕਾ ਜੰਮੂ 에어ਫੋਰਸ ਸਟੇਸ਼ਨ ਕੋਲਾ ਕਿਸ਼ ਕਿਲੋਮੀਟਰ ਦੇ ਛਿੰਡੇ ਪਰ ਹੈ ਪੁਲਸਾ ਵਾ ਇਲਾਕੇ 'ਚ ਆਉਣੇ ਅਨੇ ਦੇ ਲੋਕਿੰਗ ਕੋਲ ਆ ਪੁੱਛ ਕੇ ਚ ਤੇ ਗੱਡੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਦੀ ਹੈ ਪਿਛਲੇ 24 ਘੰਟੇ ਦੌਰਾਨ ਮਲਖਾ ਚ 43000 71 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 955 ਕਰੋਨਾ ਕਸਰੀ ਦੀ ਮੌਤ ਵੀ ਹੋਈ ਹੈ ਇਹ ਦੇ ਕਨੇ ਦੇ ਸੱਚ ਅਜਨਤੋੜੀ ਸਾਹਮਣੇ ਆਏ ਦੇ ਕੁੱਲ ਮਾਮਲੇ 3 ਕਰੋੜ 5 ਲੱਖ 45433 ਹੋ ਗਏ ਨੇ ਜਿਸ ਲਈ ਕਿਸ ਲਾਗੇ ਕਾਰਨ ਆਪਣੀ ਜਾਨ ਮੋੜਣ ਵਾਲੇ ਦੀ ਗਿਣਤੀ 4 ਲੱਖ 2005 ਤੱਕ ਪੁੱਜ ਗਈ ਹੈ ਇਹ ਆંકੜੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਅੱਜ ਬੜਲੇ ਦੀ ਰਿਪੋਰਟ ਮੁਜਬਨ ਪਾਰੇ ਦੇ ਚ ਸਖਰੀਏ ਮਾਮਲੇ ਚ ਵੀ 10183 ਦੀ ਕਮੀ ਦਾਸ਼ਕੀਤੀ ਗਈ ਤੇ ਅੱਜ ਵੜ ਲਿਆ ਇਹ ਗਿੰਤਰੀ 485350 ਦਸੀ ਗਈ ਇਹਦੇ ਇਲਾਵਾ ਪਿਛਲੇ 24 ਘੰਟੇ ਦੌਰਾਨ 15299 ਕਰੋਨਾ ਕਸਟਿੰਗੀ ਨਰੋਇਓ ਨੇ ਪਰ ਬਕਵਾਕਾ ਹਸਪਤਾਲ ਨੇ ਤੁਮਾ ਛੁੱਟੀ ਵੀ ਦੇ ਦਿੱਤੀ ਗਈ ਜਿਹਦੇ ਕੰਨੇ ਹੈ ਅਜਨ ਥੋੜੀ बल हो गेदे की गिनतरी दो करोड़ छियनवे लख ठुंजा हजार ठत्र हो गई है मुल्ख च सक्रिय मामले की दर एकशरिया पांच नौ प्रतिशत है तसरियों के नरोयों होने की दर सतानवे अशारिया सिफर नौ प्रतिशत जितू तगर टीकाकरण की गल है तिछले चौवी घंटे दौरान त्रेंठ लाख सतासी हजार अट्ठ सौ नुंजा लोगें टीका लाने के अजें तोड़ी लाए टीकें ला ग टीकें कुल गिनतरी पैंती करोड़ को पुजी गई है ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ ਪ੍ਰਸਾਰਣ ਤੋਂ ਬਾਕੀ ਦੀਆਂ ਖਬਰਾਂ ਕਰਨੇ ਪ੍ਰੋਮਿਲਾ ਜੰਵਾਲ। ਰਾਸ਼ਟ ਅੱਜ ਪਰਦੇ ਮਹਾਨ ਆਧਿਆਤਮਿਕ ਨੇਤਾਇਾਂ ਚ ਇੱਕ ਤੇ ਬੁੱਧੀਜੀਵੀ Swami Vivekananda ਉਰੰਗੀ ਉੰਦੀ ਬਰਸੀ ਦੇ ਮੌਕੇ ਉਪਚੇਤਿਆ ਕਰਾਰਦਾ। ਸਵਾਮੀ ਵਿਵੇਕਾਨੰਦ ਦੁਰੇ ਆਪਣਾ ਸਮੁੱਚਾ ਜੀਵਨ ਰਾਸ਼ਟਰ ਤੇ ਮਨੁੱਖ ਮਾਤਰ ਦੀ ਸੇਵਾ ਦੇ ਨਿਮਿਤ ਲਾਈ ਦਿੱਤਾ ਉਹ ਸਦਾ ਗਏ ਅਧਿਆਤਮ ਤੇ ਧਿਆਨ ਦੀ ਸ਼ਕਤੀ ਬਾਰੇ ਜਾਗਰੂਕ ਕਰਦੇ ਹੈ ਤੇ ਵਿਸ਼ਵ ਗੀ ਉਹਨੇ ਇਹਦੇ ਮਹੱਤਵ ਬਾਰੇ ਜਾਗਰੂਕ ਕੀਤਾ ਉਹਨੇ ਕੀ ਬਚਪਨ ਥਵਾਂ ਗਏ ਸਾਧਨਾ ਤੇ ਅਧਿਆਤਮ ਅਲੀ ਬਖੀ ਦਿਲਚਸਪੀ ਪੈਦਾ ਹੋਈ ਜਿਹਦੇ ਚਲਦੇ ਮਗਰਾ ਪੂਰੀ ਦੁਨੀਆ ਚੁੰਦੀ ਸੋਚ ਦੀ ਲੋਕਪ੍ਰਿਅਤਾ ਵੱਧਦੀ ਗਈ ਤਾਰਨ 93 ਚ ਸ਼ਿਕਾਗੋ ਚ ਲੱਗੇ ਦੇ ਸਭਨੇ ਧਰਮ ਦੇ ਕੁਲ ਸੰਸਾਰੀ ਸਮੇਲਨ ਦੌਰਾਨ ਉੰਦੇ ਪਾਸ਼ਨ ਨੇ ਸਮੂਲ ਚ ਦੁਨੀਆ ਦਾ ਦਿਲ ਜਿੱਤੀ ਲਤਾ ਜਿਹਦੇ ਨੇ ਨਾ ਛੜੀ ਉੰਦੀ ਸਗਵਾ ਪਾਰਤੀ ਸੰਸਕ੍ਰਿਤੀ ਤੇ ਵਿਰਾਸਤ ਦੀ ਵੀ ਦੁਨੀਆ ਚ ਖਿਆਤੀ ਬਧੀ ਚੇਤਾਉਗ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੇ ਵੀ ਆਖਿਆ ਹ ਜੇ ਸਰਕਾਰ ਕੀ Swami Vivekananda ਦੇ ਵਿਚਾਰਾਂ ਦੀ ਅਪਣਾਈ ਹੈ ਦੇਸ਼ਾ ਦੀ ਤਰੱਕੀ ਤੇ ਖੁਸ਼ਹਾਲੀ ਦੀ ਬੱਤੇ ਪਰ ਅਗੜੇ ਲਿਆ ਕਰਦੀ ਹੈ ਲੇਫਟਨੈਂਟ ਗਵਰਨਰ ਮਨੋਤ ਸਿੰਘਾਉ ਨੇ ਇਹ ਸਾਫ ਕਰਦਿਓਈ ਜੇ ਭਾਰਤ ਦੀ ਖੇਤਰੀ ਅਖੰਡਤਾ ਕਰਨੇ ਕੋਈ ਸਮਝੌਤਾ ਨਹੀਂ ਕੀਤਾ ਜਾਗ ਆਖਿਆ ਜੇ ਇਸੇ ਚੁਣੌਤੀ ਦੇਣ ਵਾਲੇ ਕਿਸੇ ਵੀ ਵਿਅਕਤੀ 기 ਭਾਰਤ ਦੇ ਕਾਨੂੰਨ ਦਾ ਸਾਹਮਣਾ ਕਰਨਾ ਪੋਗ ਮਨੋਤ ਸਿੰਘਾਉ ਨੇ ਇਸ ਗੱਲੇ ਦੀ ਯਕੀਨਦਿਆਨੀ ਵੀ ਕੀਤੀ ਜੇ ਅਲਕੇਂਦੀ ਨਵੇਂ ਸਰੀਆ ਅਦਬੰਦੀ ਦੀ ਪ੍ਰਕਿਰਿਆ ਪੂਰੀ ਹੋ ਜਾਣੇ ਦੇ ਬਾਅਦ ਜੰਮੂ ਕਸ਼ਮੀਰ ਚਵਿਦਨ ਸਭਾ ਦੇ ਚੋਣ ਪੱਕ ਕਰਾਏ ਜਾਣਗਣ ਉਮਾ ਉਨ੍ਹਾਂ ਇਸ ਬਾਰੇ ਕੋਈ ਪ੍ਰੋਸਾਨ ਨਹੀਂ ਦੁਆਇਆ ਜੇ ਚੁਨਾਵ ਜੰਮੂ ਕਸ਼ਮੀਰ ਕੀ ਪਰਤੀ ਹੈ ਰਾਜ ਦਾ ਦਰਜਾ ਦੇਣੇ ਦੇ ਪਹਿਲੇ ਜਾਂ ਮਗਰਾ ਕਰਾਈ ਜਾਗਣ ਇਹ ਪੁੱਛੇ ਜਾਣੇ ਪਰ ਜੇ ਚੁਨਾਵ ਕਦੋਂ ਕਰਾਈ ਜਾ ਸਕਦੇ ਹਨ ਐਲਜੀ ਉਰਿਆਖਿਆ ਜੇ ਇਹਦੇ ਬਾਰੇ ਫੈਸਲਾ ਲੈਣੇ ਲਈ ਚਨਾ ਆਯੋਗ ਇੱਕ ਸੁਤੰਤਰ ਸੰਵਿਧਾਨਿਕ ਸੰਸਥਾ ਹੈ ਐਲਜੀ ਨੇ ਉਮਾ ਵੀ ਆਖਿਆ ਜੇ ਅਲਾਤ ਚ ਸੁਧਾਰ ਆਉਣੇ ਦੇ ਬਾਅਦ ਅਸ ਇੱਥੇ ਪੂਰੀ ਚਾਲੀ ਸੁਤੰਤਰ ਸਾਫ ਸੁਥਰੇ ਤੇ ਪਾਰਦਰਸ਼ੀ ਢੰਗੇ ਸੇ ਚੁਨਾਵ ਕਰਾਉਣੇ ਲਈ ਤਿਆਰ ਆਂ ਉਦੰਪੁਰ ਜ਼ਿਲ੍ਹੇ ਦੇ ਦਬਰੇ ਤੇ ਕਰਿਆਡ ਗ੍ਰਾਇੰਦੀ ਸੜਕੇ ਪਰ ਲੁੱਕ ਪਾਉਣੇ ਦੇ ਕੰਮ ਮੈਂ ਕਰਨਾ ਹੈ ਗ੍ਰਾਇੰਦੀ ਬਸਨੀਕੇਂ ਦੀ ਬੇਸਾ ਵੀ ਖੁਸ਼ੀ ਹੋਈ ਹੈ ਇਹਦੇ ਨੇ 18000 ਰੁਪਏ ਮਤੀ ਲੋਕਾਈਗੀ ਫਾਇਦਾ ਪੁਜਗ ਇਸ ਸੜਕੇ ਦੀ ਕੁੱਲ ਲੰਮਾਈ 9.35 ਕਿਲੋਮੀਟਰ ਹੈ ਤੇ ਇਹਦੇ ਪਰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 5 ਕਰੋੜ 93 ਲੱਖ 40 ਹਜ਼ਾਰ ਰੁਪਏ ਦੀ ਅੰਦਾਜ਼ਨ ਲੱਗਤ ਹੋ ਇਹ ਉਦੰਪੁਰ ਤਹਿਸੀਲ ਦਾ ਬੜਾ ਉਪਜਾਊ ਇਲਾਕਾ ਹੈ ਤੇ ਇੱਥੋਂ ਦੇ ਲੋਕ ਮੁੱਖ ਕਰੀਏ ਖਰਸਾਨੀ ਕਰਦਨ ਤੇ ਡੇਰੀ ਉਤਪਾਦ ਦੇ ਕੰਮ ਕਰਦਨ ਸਾਡੇ ਸੰਵਾਦਾਤਾ ਕਰਨੇ ਗੱਲ ਕਰਦੀ ਹੋਈ ਗ੍ਰਾਂਚ ਚਰੋਣੇ ਵਾਲੇ ਲੋਕਿੰਦ ਦੱਸਿਆ ਹਮਾਰਾ ਜੈਸੇ 9.ਸਮਥਿੰਗ ਜੋ ਕਿਲੋਮੀਟਰ ਇਹ ਏਰੀਆ ਰੋਡ ਬਣ ਰਹਾ ਹੈ ਇਹ ਪਹਿਲੀ ਵਾਰ ਇਨ ਪੰਚਾਇਤੋ ਮੇ ਇਹ ਰੋਡ ਦੇਖਨੇ ਕੋ ਮਿਲਾ ਸਦੀਆਂ ਕੇ ਬਾਦ ਹਮਾਰੇ ਜੋ ਗਾਉਂ ਮੇ ਜੋ ਦੇਨ ਮਿਲ ਰਹੀ ਹੈ ਕਿ ਉਸ ਮੇ ਕੋਈ ਕਟਾਈ ਨਾ ਰਹੇ ਤਾਂ ਕਿ ਲੋਗੋ ਕੋ ਆਨੇ ਵਾਲੇ ਟਾਈਮ ਮੇ ਸਫਰ ਕਰਨਾ ਪੜੇ ਜੈਸੇ ਹਮਾਰਾ ਜੇ ਐਗਰੀਕਲਚਰ ਲੈਂਡ ਹੈ ਜਹਾਂ ਜ਼ਮੀਨਾਂ ਹੈ ਲੋਗੋ ਕੀ ਆਪਣੀ ਪ੍ਰੋਡਕਟ ਜੋ ਹਮ ਤਿਆਰ ਕਰੇਗੇ ਉਸ ਕੋ ਸੇਲ ਕਰਨੇ ਕੇ ਲਿਏ ਮੰਡੀ ਮੇ ਹਮੇ ਕਨਵਿੰਸ ਮਿਲ ਗਿਆ ਹੈ ਬੜਾ ਅਛਾ ਕੰਮ ਜਿਹੜਾ ਸਾਡੇ ਬਜ਼ੁਰਗੇ ਕੋਈ 40 ਸਾਲ ਦੀ ਮੰਗ ਦੀ ਰੋਡ ਦੀ ਉਹ ਸ਼ੁਕਰ ਹੈ ਇਸ ਮੋਤੀ ਸਰਕਾਰ ਦਾ ਤੇ ਜਹ ਸਾਡਾ ਜਿਹੜਾ ਹੈ ਮਝੜਾ ਕੇ ਸਵੀਕਾਰ ਹੋਇਆ ਤੇ ਇਹ ਕਮ ਸੇ ਕਮ ਕੋਈ 15 18 ਹਜ਼ਾਰ ਲੋਕਾਂ ਕੀ ਇਹ ਫਾਇਦਾ ਹੋਇਆ ਇਹ ਕੋਈ 6 7 ਗਾਂ ਸਾਡੇ ਜਿਹੜੇ ਲਿੰਕ ਹੋਏ ਨੇ ਇਸ ਰੋਡ ਦਾ ਕਰਨੇ ਕੇਂਦਰੀ ਸਰਕਾਰ ਦੀ ਪ੍ਰાયੋਜਿਤ ਸਕੀਮ ਸੰਗਠਿਤ ਬਾਗਬਾਨੀ ਵਿਕਾਸ ਮਿਸ਼ਨ ਤਹਿਤ ਰਾਂਬਨ ਜ਼ਿਲ੍ਹੇ ਦੇ ਗੂਲ ਇਲਾਕੇ 'ਚ ਪਹਿਲੇ ਪਹਿਲੇ ਕੁਦਰਤੀ ਤਰੀਕੇ ਨੇ ਬਾਹਰ ਪੌਲੀ ਗ੍ਰੀਨ ਹਾਊਸ ਐਨ ਵੀ ਪੀ ਜੀ ਐਚ ਤੇ ਬੰਨਨੇ ਕਰਨੇ ਇਲਾਕੇ ਦੇ ਕਿਸਾਨ ਫਯਾਜ਼ احمد ਜਰਾਲ ਉਰੇ ਨਾਛੜਾ ਇਹਦੇ ਸ਼ਫਾਇਦਾ ਠਾਇਆ ਤੇ ਆਪਣੀ ਆਮਦਨ ਕਈ ਗੁਣਾ ਵਧਾਈ ਸਕਵਾ ਦੂਏ ਕਿਸਾਨਾਂ 'ਆਸ ਤੇ ਇੱਕ ਮਿਸਾਲ ਵੀ ਕਾਇਮ ਕੀਤੀ उन्हें नक्शे कदम पर चलिए उन दुए करसान भी अपनी आमंदन बदाने पारम्परिक रईबाई के तरीके छोड़िए बाई के आधुनिक तकनीकी आए तरीके अपना कृषि उत्पादन के करसान कल्याण अधिकारी सुरजीत सिंह और से संवाददाता गल करते हुए दस फार्मर के फील्ड में हम लोगों ने ये नेचुरली वेंटिलेटेड पोलीग्रीन हाउस यूनिट एक एस्टेब्लिश किया है फर्स्ट ऑफ इट्स रामबन डिस्ट्रिक्ट है एक स्नो बाउंड एरिया यहाँ पे एक ही फसल होता है जो खरीफ सीजन में लिया जाता है मक्की का तो स्कीम है उसके तहत जो यूनिट देख रहे हैं आप जो खड़ा हुआ है इसको हमने स्टैब्लिश किया यहाँ पे आउट ऑफ सीजन जो तैयार करके इन लोगों ने अच्छा मुनाफा कमाया है नई चीज इंट्रोड्यूस की है जो आप देखेंगे बड़े बड़े होटलों में बेल पेपर जिसे हम शिमला मर्च लाल और पीले रंग की होती है वो इसमें इंट्रोड्यूस की है हमने इससे इनका इनकम बढ़ जाएगा दूसरा इनको एम्प्लॉयमेंट अपॉर्चुनिटी जो है वो जनरेट ਹੋਤੀਆਂ ਰਿਜਾਰੀ ਦੇ ਦੂਰ ਦਰੇੜੇ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਨੇ ਜੈਵਿਕ ਖਰਸਾਨੀ ਦੇ ਵਿਕਲਪ ਕੀ ਚੁਣਿਆ ਕਿਸ਼ਕਰਸਾਨੇ ਕੀ ਪ੍ਰਸ਼ਾਸਨ ਅਸਯਾ ਪ੍ਰਸ਼ੰਸਾ ਪੱਤਰ ਬਿਆਸ ਲੋਏ ਦੇ ਮੁਖ ਰਿਸ਼ੀ ਅਧਿਕਾਰੀ ਮਹੇਸ਼ਵਰ ਮੌਰੇ ਸਾਡੇ ਸੰਵਾਦਾਤਾ ਕਰਨੇ ਗੱਲ ਕਰਦੇ ਹੋਏ ਦੱਸਿਆ ਜੇ ਪ੍ਰਸ਼ਾਸਨ ਖਰਸਾਨੇ ਕੀ ਜੈਵਿਕ ਖਰਸਾਨੀਆਂ ਸਹਿ ਪ੍ਰੇਰਿਤ ਕਰਦਾ ਹੈ ਕਿ ਜੇ ਇਹ ਸਤਤ ਰਾਈ ਬਾਈ ਦੀ ਇੱਕ ਕਿਸਮ ਹੈ ਇਹ ਨੇ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰਥ ਬਧਦੀ ਹੈ के अखीर है जो खास खास खबरें एक बार है जम्मू कश्मीर स्कूली शिक्षा बोर्ड ने सोए ज़ोन जोन बारहवीं जमात के नतीजे घोषित कर लेफिनेंट गवर्नर मनोज सिन्हा हो बच्चे माता पिता के अध्यापकें मुबारकबाद दी संसद एक स्थायी कमेटी त्रं दिन लद्दाख दौरे पर ले पुजी केंद्रीय मंत्री डॉक्टर जितेंद्र सिंह हो किश सियासी पार्टियां अपने मफाद ले, चुनावी हल्क की नमें सिरहदबंदी की प्रक्रिया की अगड़े पाई रखा तो समूल राष्ट्र भारत महान आध्यात्मिक दार्शनिक बुद्धिजीविए जायक स्वामी विवेकानंद और उन बरसी दे चेते कराता है। दे के मौके पर चेत करा